ਮੇਰਾ ਨਾਮ ਸਰਪ੍ਰੀਤ ਸਿੰਘ ਹੈ ਮੈਂ ਬੋਸਟਨ US ਤੋਂ ਆਇਆ ਹੈਗਾ ਫੈਜ਼ ਫੈਸਟੀਵਲ ਵਾਸਤੇ ਹੁਣੇ ਹੀ ਇੱਥੇ ਮੇਰਾ ਸੈਸ਼ਨ ਹੋਇਆ ਸੀ ਮੇਰੀ ਨਵੀਂ ਕਿਤਾਬ ਬਾਰੇ ਜਿਹੜਾ ਜਿਹੜੀ ਇੱਕ ਨੋਵਲ ਹੈ ਮਾਧੋ ਲਾਲ ਹੁਸੈਨ ਦੇ ਉੱਤੇ ਬੇਸਡ ਹੈ ਸੋ ਮੈਨੂੰ ਫੈਜ਼ ਫੈਸਟੀਵਲ ਆ ਕੇ ਬਹੁਤ ਹੀ ਅੱਛਾ ਲੱਗਾ ਸਾਰੇ ਸੈਸ਼ਨਸ ਦੀ ਕੁਆਲਿਟੀ ਸਪੀਕਰਸ ਦੀ ਕੁਆਲਿਟੀ ਬਹੁਤ ਹੀ ਵਧੀਆ ਸੀ ਬੜਾ ਅੱਛਾ ਡਿਸਕੋਰਸ ਸੀ ਜਿਹੜੇ ਮਿਊਜ਼ੀਕਲ ਇਵੈਂਟਸ ਸਨ ਉਹ ਵੀ ਕਮਾਲ ਦੇ ਸਨ ਆਪਣੇ ਸਲੀਮ ਸਾਹਿਬ ਰੀ ਸਾਹਿਬ ਦੀ ਕਵਾਲੀ ਆਬਿਦਾ ਪ੍ਰਵੀਨ ਸਾਹਿਬਾ ਦਾ ਗਾਣਾ ਸੋ ਬਹੁਤ ਹੀ ਅੱਛਾ ਐਕਸਪੀਰੀਅੰਸ ਹੋਇਆ ਅਤੇ ਸਭ ਤੋਂ ਖਾਸ ਗੱਲ ਹੈ ਕਿ ਲਾਹੌਰ ਦੇ ਵਾਸੀਆਂ ਤੋਂ ਇੰਨਾ ਪਿਆਰ ਮਿਲਿਆ ਕਿ ਇਹ ਮੈਂ ਕਦੀ ਭੁੱਲ ਨਹੀਂ ਸਕਦਾ ਭਾਈ ਬੜਾ ਲੁਤਫ ਆ ਰਿਹਾ ਹੈ ਬਹੁਤ ਰੌਣਕ ਲੱਗੀ ਹੋਈ ਹੈ ਇਸ ਫੈਜ਼ ਫੈਸਟੀਵਲ ਮੈਂ ਬਹੁਤ ਸੇ ਪੁਰਾਣੇ ਦੋਸਤੋਂ ਸੇ ਮੁਲਾਕਾਤੇਂ ਹੋਈ ਹੈ ਬਹੁਤ ਸੇ ਐਸੇ ਲੋਕ ਜੋ ਜਿਨਕੋ ਹਮ ਜਾਣਤੇ ਨਹੀਂ ਹੈ ਲੇਕਿਨ ਜੋ ਲੋਕੋਂ ਕਾ ਕਲਾਮ ਪੜ੍ਹਤੇ ਹੈ ਕਿਤਾਬੇਂ ਪੜ੍ਹਤੇ ਹੈ ਵੋ ਆ ਕੇ ਆਪਸੇ ਗੁਫਤਗੂ ਕਰਤੇ ਹੈ ਔਰ ਆਪਕੇ ਬਾਰੇ ਮੈਂ ਬਾਤ ਕਰਤਾ ਹੈ ਤੋ ਅੱਛਾ ਲੱਗਤਾ ਹੈ ਮੇਰਾ ਖਿਆਲ ਹੈ ਕਿ ਇਹ ਫੈਜ਼ ਸਾਹਿਬ ਕਾ ਇੱਕ ਹੁਸਨ ਹੈ ਉਨਕੀ ਸ਼ਖਸੀਅਤ ਕਾ ਕਿਉਂਕਿ ਉਨਕੀ ਜ਼ਿੰਦਗੀ ਮੈਂ ਵੀ ਇਹੀ ਹੋਤਾ ਥਾ ਕਿ ਬੜੇ ਅੱਛੇ ਖੂਬਸੂਰਤ ਲੋਕ ਕਬੀਲੇ ਕੇ ਲੋਕ ਜੋ ਆ ਕੇ ਬੈਠਤੇ ਥੇ ਮੌਸੀਕੀ ਹੋਤੀ ਥੀ ਗੁਫਤਗੂ ਹੋਤੀ ਥੀ ਇੰਟਲੈਕਚੁਅਲ ਗੁਫਤਗੂ ਹੋਤੀ ਥੀ ਔਰ ਹਰ ਕਿਸਮ ਕੇ ਲੋਕ ਵਹਾਂ ਪਹੁੰਚਦੇ ਥੇ ਔਰ ਇੱਕ ਪੂਰੀ ਮਹਿਫਿਲ ਲੱਗਦੀ ਥੀ ਤੋ ਇਸ ਲਈ ਇਸ ਲਿਹਾਜ਼ ਸੇ ਇਹ ਇੱਕ ਕਾਰਨਵਲ ਹੈ ਯਾਨੀ ਇੱਕ ਮੇਲੇ ਕੀ ਸੈਂਸ ਹੈ ਜਿਸ ਮੇਂ ਕੋਈ ਹਾਇਰਾਰਕੀ ਨਹੀਂ ਹੈ ਕੋਈ ਊਂਚ ਨੀਚ ਨਹੀਂ ਹੈ ਲੋਕ ਮੁਹੱਬਤ ਸੇ ਇੱਕ ਦੂਸਰੇ ਕੋ ਮਿਲਦੇ ਹੈ ਤੋ ਇਹ ਬਹੁਤ ਬੜੀ ਖੂਬਸੂਰਤ ਸੀ ਇੱਕ ਸ਼ਾਮ ਆਤਮ ਫੈਸਟੀਵਲ ਦੇ 2015 ਕੇ ਸਟਾਰਟ ਸੀ 2015 ਕੇ ਉਹਦਾ ਆਤਮ ਫੈਸਟੀਵਲ ਨੇ ਦੇਖੇ ਡਿਫਰੈਂਟ ਪ੍ਰੋਮੀਨੈਂਟ ਫਿਗਰਸ ਰਾਜ਼ੀ ਮਤਲਬ ਇੰਡੀਆ ਨਾ ਖਲਕ ਰਾਜ਼ੀ ਪਾਕਿਸਤਾਨ ਨਾ ਰਾਜ਼ੀ UK ਨਾ ਰਾਜ਼ੀ ਹਾਂ ਇਹ ਖਮੁ ਕਦਾ ਵਲੰਟੀਅਰ ਇਨਸਾਨ ਲਿਕਾ ਡਾਈਵਰਸ ਮਾਹੌਲ ਕੇ ਪਾਤਿਸ਼ ਇਨਸਾਨ ਲੜੇਰ ਸੇ ਯਾਦੀ ਕਿ ਇਨਸਾਨ ਮੁਖਤਲਿਫ ਪੈਨਲ ਅਟੈਂਡ ਕੀ ਡਿਫਰੈਂਟ ਸੈਲੀਬ੍ਰਿਟੀਜ਼ ਵਗੈਰਾ ਸਰ ਮਿਲਾਓ ਸੀ ਇਹ ਐਕਸਪੀਰੀਅੰਸ ਕੀ ਇਨਸਾਨ ਬਹੁਤ